ਸਤਿ ਸ਼੍ਰੀ ਅਕਾਲ ਜੀ ਏ ਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ। ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ। ਕੋਟ ਖਾਲਸਾ ਥਾਣੇ ਵੱਲੋਂ ਕੋਟ ਖਾਲਸਾ ਫਾੜੇ ਦੇ ਉੱਤੇ ਲਗਾਇਆ ਗਿਆ ਨਾਕਾ, ਜਿਸ ਵਿੱਚ ਉਹਨਾਂ ਨੇ 15 ਸਾਲ ਦੀ ਉਮਰ ਤੋਂ ਬੱਚਿਆਂ ਤੋਂ ਲੈ ਕੇ ਔਰਤਾਂ ਦੇ ਵੀ ਚਲਾਨ ਕੱਟੇ। ਜਾਂ ਤੇ ਕਿਸੇ ਕੋਲ ਗੱਡੀ ਦੇ ਕਾਗਜ਼ ਪੂਰੇ ਨਹੀਂ ਸਨ ਜਾਂ ਫਿਰ ਡਰਾਈਵਿੰਗ ਲਾਇਸੈਂਸ ਨਹੀਂ, ਅਤੇ ਉਹਨਾਂ ਨੇ ਗੱਡੀਆਂ ਉੱਤੇ ਵੱਡੇ ਵੱਡੇ ਹਾਰ ਜਿਨ੍ਹਾਂ ਨੇ ਲਗਾਏ ਸੀ ਉਹਨਾਂ ਨੂੰ ਵੀ ਕਾਬੂ ਕੀਤਾ। ਮੈਂ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗਾ ਕਿ ਜੇਕਰ ਹਰ ਕਿਸੇ ਦਾ ਚਲਾਨ ਕੱਟੇ ਜਾਂਦਾ ਆਮ ਆਦਮੀ ਦਾ, ਤੇ ਕਿਸੇ ਨੇਤੇ ਦੇ ਭਰਾ ਜਾਂ ਪੁੱਤ ਦਾ ਕਿਉਂ ਨਹੀਂ? ਭਾਵੇਂ ਉਹ ਕਾਂਗਰਸੀ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਭਾਵੇਂ ਆਮ ਆਦਮੀ ਪਾਰਟੀ ਦਾ, ਉਸ ਨੇਤੇ ਦੇ ਭਰਾ ਦਾ ਜਾਂ ਬੱਚੇ ਦਾ ਚਲਾਨ ਕਿਉਂ ਨਹੀਂ ਕੱਟਿਆ ਜਾਂਦਾ? ਕਰਦੇ ਜੀ।